que aquellos ganadores que se venden, podría la probabilidad a partir de la semana. Un día, yo tengo 7 años antes, yo era 12 countries, yo era Holland, ya Spain, yo era una ciudad pura, yo era un healthy player, yo que tú hoy tú que eres. Que hoy hoy así, apre tu yurbe tu sikre ya. Que ਸਾਡੇ ਕੋਲ ਜਿਹੜੀ ਸੰਸਦ ਸਟੇਟਾਂ ਦੇ ਲੋਕ ਹਨ ਉਹ ਆਪਣੀ ਲੋੜ ਮੁਤਾਬਕ ਜਾਂ ਆਪਣੇ ਸਮਝ ਮੁਤਾਬਕ ਫੇਸ ਜਨਰੇਟ ਕਰਦੇ ਹਨ ਹਾਲਾਂਕਿ ਸਾਡਾ ਪੁਰਾਣਾ ਰਿਕਾਰਡ ਜਿਹੜਾ ਹੈ ਉਹ ਰੀਸਾਈਕਲਿੰਗ ਦੇ ਵਿੱਚ ਪੁਰਾਣਾ ਸੀ ਅਤੇ ਅਸੀਂ ਰੀਸਾਈਕਲਿੰਗ ਦੇ ਵਿੱਚ ਅਸੀਂ ਬਹੁਤ ਅੱਗੇ ਹਾਂ ਪਰ ਹੌਲੀ ਹੌਲੀ ਅਸੀਂ ਅਤੇ ਜਿਹੜੇ ਦੂਸਰੇ ਕੰਟਰੀਜ਼ ਨੇ ਜਿਵੇਂ ਹੁੰਦਾ ਸਾਡੇ ਹਿਸਾਬ ਪਰ ਅਸੀਂ ਆਪਣੀ ਜਿਹੜੀ ਰੀਸਾਈਕਲਿੰਗ ਉਹਦੇ ਵਿੱਚ ਪਿੱਛੇ ਪੈਦਲ ਜਾ ਰਹੇ ਹਾਂ ਅਤੇ ਵੇਸਟ ਜਨਰੇਸ਼ਨ ਦੇ ਵਿੱਚ ਵੱਧਦੇ ਜਾ ਰਹੇ ਹਾਂ ਇਹ ਤਾਂ ਸੰਭਵ ਹੈ ਜੇ ਤੁਸੀਂ ਸਾਰੇ ਇਕੱਠੇ ਹੋ ਕੇ ਇਸ ਦ੍ਰਿੜ ਨਿਸ਼ਚਾ ਕਰ ਲਈਏ ਕਿ ਅਸੀਂ ਲੋਕਾਂ ਨੂੰ ਅਵੇਅਰ ਤਾਂ ਕਰਨਾ ਹੀ ਹੈ ਪਰ ਆਪਣਾ ਜਿਹੜਾ ਕੰਮ ਹੈ ਉਹ 200% ਨਹੀਂ ਉਸ ਤੋਂ ਵੀ ਵੱਧ ਜਾ ਕਰਾਰ ਦੇਣਾ ਹੈ ਤੋ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਨਗਰ ਨਿਗਮ ਦਾ ਇਹ ਫੋਰਮ ਦੇ ਜਾਂ ਕਿਸੇ ਵੀ ਕਿਸਮ ਦੇ ਵੇਸਟ ਨੂੰ ਮੈਨੇਜ ਕਰਨ ਲਈ ਤੁਸੀਂ ਸਾਡਾ ਸਹਿਯੋਗ ਦਿਓਗੇ ਮੇਅਰ ਸਾਹਿਬ ਸਭ ਤੋਂ ਪਹਿਲਾਂ ਤਾਂ ਜੋ ਸਾਡੇ ਫੀਲਡ ਦੇ ਵਿੱਚ ਆਨ ਗਰਾਊਂਡ ਕੰਮ ਕਰਦੇ ਹਨ ਹੈਲਥ ਵਰਕਰ ਉਹਨਾਂ ਲਈ ਕੀ ਕਰਨਾ ਜ਼ਰੂਰੀ ਹੈ ਕਿਹੜਾ ਜਿਹੜਾ ਵੇਸਟ ਹੁੰਦਾ ਹੈ ਹੈਜ਼ਰਡਸ ਵੇਸਟ ਹੈ ਜਾਂ ਈ ਵੇਸਟ ਹੈ ਉਹਨਾਂ ਨੂੰ ਕਿਵੇਂ ਉਹਨਾਂ ਦੇ ਵੱਖਰਾ ਕਰਕੇ ਕਿਵੇਂ ਉਹਨੂੰ ਡਿਸਪੋਜ਼ ਆਊਟ ਕਰਨਾ ਨੰਬਰ 2 ਜਿਹੜੇ ਸਾਡੇ ਉੱਤਲੇ ਇੰਸਪੈਕਟਰ ਲੈਵਲ ਦੇ ਜਾਂ ਉਸ ਤੋਂ ਉੱਤੇ ਵਾਲੇ ਅਫੀਸਰ ਹਨ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਵੇਸਟ ਜਨਰੇਟ ਜਿਹੜਾ ਕਰ ਰਿਹਾ ਹੈ ਜਿਹੜਾ ਇਲੀਗਲ ਤਰੀਕੇ ਨਾਲ ਕੋਈ ਹੈਜ਼ਰਡਸ ਵੇਸਟ ਜਨਰੇਟ ਕਰ ਰਿਹਾ ਹੈ ਜਿਹਦੇ ਨਾਲ ਪਬਲਿਕ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਨੂੰ ਰੋਕਣ ਦੀ ਜਾਂ ਸਮਝਾਉਣ ਦੀ ਲੋੜ ਹੈ ਉਹਨਾਂ ਨੂੰ ਪਹਿਲਾਂ ਸਮਝਾਇਆ ਜਾਵੇ ਜ਼ੁਬਾਨੀ ਤੌਰ ਤੇ ਲਿਖਤੀ ਤੌਰ ਤੇ ਸਭ ਤੋਂ ਪਹਿਲਾਂ ਆਪਾਂ ਉਹਦੀ ਸੰਭਾਲ ਕਰੀ ਮੇਰੀ ਜੋ ਪ੍ਰੋਸੈਸ ਹੋਈ ਅੱਧਾ ਹਜ਼ਾਰ ਤੁਹਾਨੂੰ ਮੈਸੇਜ ਸਾਫ਼ ਕਰ ਦੇਣਾ ਇਹੀ ਤੁਹਾਨੂੰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਜ਼ਰੂਰ ਇਸ 'ਤੇ ਚੱਲੇਗੀ ਬਾਕੀ ਮੈਂ ਭਰੋਸਾ ਹੋਈ ਕਰ ਚੁੱਕਿਆ ਸੈਂਟਰ ਦੀ ਕ੍ਰਾਈਸਿਸ ਦੇਖੋ ਚੰਡੀਗੜ੍ਹ ਜਾਂਦੇ ਹਾਂ ਸੋਚੇ ਸੀ ਮੈਂ ਬੈਠਾ ਲੱਗ ਜਾ ਸੀ ਬਿਲਕੁਲ ਮੈਂ ਮੈਂਬਰ ਸੀ ਜਨਵੀਰ ਭਾਰਤੀਆ ਦਾ ਮੈਂਬਰ ਸੀ ਡਾਕਟਰ ਅਗਰ ਉੱਪਰ ਵੀ ਮੈਂਬਰ ਸੀ ਮੈਡਮ ਉਦੋਂ ਅਮਰਿਤ ਕੌਰ ਜੀ ਸੀ ਉਹ ਵੀ ਮੈਂਬਰ ਸੀ ਅਸੀਂ ਦਿੱਲੀ ਵਾਲੇ ਸੀ ਵੇਸਟ ਮੈਨੇਜਮੈਂਟ ਰੂਲਸ ਬਾਰੇ ਅੱਜ ਜਿਹੜੀ ਇਹ ਵਰਕਸ਼ਾਪ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਲਗਾਈ ਗਈ ਹੈ ਮੈਂ ਕਮਿਸ਼ਨਰ ਸਾਹਿਬ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਵਧਾਈ ਦਿੰਦਾ ਔਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਮੈਂ ਅੱਗੇ ਵੀ ਅਪੀਲ ਕੀਤੀ ਹੈ ਹੁਣ ਫਿਰ ਅਪੀਲ ਕਰਦਾ ਕਿ ਜੋ ਵੀ ਅੱਜ ਐਕਸਪਰਟ ਇੱਥੇ ਦੱਸ ਕੇ ਜਾਣ ਉਹਨਾਂ 'ਤੇ ਮੀਡੀਆ ਦੇ ਵਿੱਚ ਆਏਗਾ ਉਹਦੇ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੀ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ